ਅੱਜ ਸਾਡੀ ਪਟਿਆਲਾ ਦੇ ਸਰਕਟੋਸ਼ ਸਾਡੇ ਮਾਨਯੋਗ ਕਿਸਾਨ ਲੀਡਰਾਂ ਦੇ ਨਾਲ ਸਰਦਾਰ ਜਗਿੰਦਰ ਸਿੰਘ ਅਗਰਾਵਾਂ ਗਰੁੱਪ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਉਹਦੇ ਨਾਲ ਬੜੀ ਡਿਟੇਲ ਦੇ ਵਿੱਚ ਸਾਡੀ ਮੀਟਿੰਗ ਹੋਈ ਹੈ। ਮੇਰੇ ਨਾਲ ਸਾਡੇ DC ਸਾਹਿਬ, SSP ਸਾਹਿਬ, IC ਸਾਹਿਬ ਸਾਰੇ ਮੀਟਿੰਗ ਦੇ ਵਿੱਚ ਸ਼ਾਮਿਲ ਸੀਗੇ। ਉਹਨਾਂ ਦੇ ਨਾਲ 5 ਮੈਂਬਰੀ ਉਹਨਾਂ ਦੀ ਜਥੇਬੰਦੀ ਦੇ ਸੀਨੀਅਰ ਆਗੂ ਜਿਹੜੇ ਉਹ ਸ਼ਾਮਿਲ ਸੀਗੇ। ਸਾਡੀ ਸਾਰੀਆਂ ਗੱਲਾਂ ਦੇ ਉੱਤੇ, ਜਿੰਨੀਆਂ ਕਿਸਾਨਾਂ ਦੀਆਂ ਮੰਗਾਂ ਸੀਗੀਆਂ ਸਭ ਦੇ ਉੱਤੇ ਸਹਿਮਤੀ ਬਣ ਗਈ ਤੇ ਕੱਲ ਮਤਲਬ ਜਿਹੜਾ 29 ਤਰੀਕ ਨੂੰ ਧਰਨਾ ਜਿਹੜਾ ਖਤਮ ਹੋ ਜੂਗਾ, ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਘਰ ਦੇ ਬਾਹਰ ਲੱਗਾ। ਬਾਕੀ ਅਸੀਂ ਡਿਟੇਲ ਤੁਹਾਨੂੰ ਕੱਲ ਦੱਸਾਂਗੇ। ਇਹੀ ਕੁਛ ਸਰਦਾਰ ਜਗਿੰਦਰ ਸਿੰਘ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਵੀ ਤੁਹਾਨੂੰ ਮਤਲਬ ਜਿਹੜਾ ਦੇ ਬਾਰੇ ਚ ਦੱਸ ਦਿੰਦੇ। ਹਾਂਜੀ, ਮੁੱਖ ਮੰਤਰੀ ਸਾਹਿਬ ਨਾਲ ਸਾਡੀ ਖੇਤੀਬਾੜੀ ਮੰਤਰੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਧਾਲੀਵਾਲ ਸਾਹਿਬ ਨਾਲ। ਇਹਨਾਂ ਨੇ ਜਿਵੇਂ ਦੱਸਿਆ ਵੀ ਜਿੰਨੀਆਂ ਮੰਗਾਂ ਸੀ ਸਾਡੀਆਂ, ਕੱਲੀ ਕੱਲੀ ਮੰਗ ਤੇ ਪਹਿਲਾਂ ਡਿਸਕਸ਼ਨ ਹੋ ਕੇ CM ਸਾਹਿਬ ਦੀ ਜਿਹੜੀ 7 ਤਰੀਕ ਦੀ ਮੀਟਿੰਗ ਆ ਉਹਨਾਂ ਨੇ ਸਹਿਮਤੀ ਦੇ ਦਿੱਤੀ ਸੀ। ਬਸ ਸਿਰਫ ਇਹਦੇ ਵਿੱਚ ਇੰਨੇ ਸੀ ਕਿ ਇਹ ਲਿਖਤੀ ਨਹੀਂ ਸੀ ਸਾਡੇ ਕੋਲ ਆਇਆ, ਉਹ ਲਿਖਤੀ ਸੀ ਸਰਕਾਰ ਨੇ ਸਾਨੂੰ ਦੇ ਦਿੱਤਾ। ਕੱਲੀ ਕੱਲੀ ਮੰਗ ਦੇ ਉੱਤੇ ਕਿਹੜੀ ਗੱਲ ਕਿਹੜੇ ਕਦੋਂ ਤੱਕ ਸੈਟਲ ਹੋ ਜੂਗੀ ਉਹ ਤੇ ਸਾਡੀ ਸਹਿਮਤੀ ਬਣ ਗਈ ਤੇ ਕੱਲ ਨੂੰ 29 ਤਰੀਕ ਨੂੰ ਜਿਹੜਾ CM ਸਾਹਿਬ ਦੀ ਕੋਠੀ ਮੇਰੇ ਧਰਨਾ ਲੱਗਿਆ ਹੋਇਆ ਉਹਨੂੰ ਅਸੀਂ ਕੱਲ ਨੂੰ ਚੱਕ ਲਿਆ। ਅੱਜ ਸਾਡੀ ਪਟਿਆਲਾ ਦੇ ਸਰਕਟੋਸ਼ ਸਾਡੇ ਮਾਨਯੋਗ ਕਿਸਾਨ ਲੀਡਰਾਂ ਦੇ ਨਾਲ ਸਰਦਾਰ ਜਗਿੰਦਰ ਸਿੰਘ ਅਗਰਾਵਾਂ ਗਰੁੱਪ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਉਹਦੇ ਨਾਲ ਬੜੀ ਡਿਟੇਲ ਦੇ ਵਿੱਚ ਸਾਡੀ ਮੀਟਿੰਗ ਹੋਈ ਹੈ। ਮੇਰੇ ਨਾਲ ਸਾਡੇ DC ਸਾਹਿਬ, SSP ਸਾਹਿਬ, IC ਸਾਹਿਬ ਸਾਰੇ ਮੀਟਿੰਗ ਦੇ ਵਿੱਚ ਸ਼ਾਮਿਲ ਸੀਗੇ। ਉਹਨਾਂ ਦੇ ਨਾਲ 5 ਮੈਂਬਰੀ ਉਹਨਾਂ ਦੀ ਜਥੇਬੰਦੀ ਦੇ ਸੀਨੀਅਰ ਆਗੂ ਜਿਹੜੇ ਉਹ ਸ਼ਾਮਿਲ ਸੀਗੇ। ਸਾਡੀ ਸਾਰੀਆਂ ਗੱਲਾਂ ਦੇ ਉੱਤੇ, ਜਿੰਨੀਆਂ ਕਿਸਾਨਾਂ ਦੀਆਂ ਮੰਗਾਂ ਸੀਗੀਆਂ ਸਭ ਦੇ ਉੱਤੇ ਸਹਿਮਤੀ ਬਣ ਗਈ ਤੇ ਕੱਲ ਮਤਲਬ ਜਿਹੜਾ 29 ਤਰੀਕ ਨੂੰ ਧਰਨਾ ਜਿਹੜਾ ਖਤਮ ਹੋ ਜੂਗਾ, ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਘਰ ਦੇ ਬਾਹਰ ਲੱਗਾ। ਬਾਕੀ ਅਸੀਂ ਡਿਟੇਲ ਤੁਹਾਨੂੰ ਕੱਲ ਦੱਸਾਂਗੇ। ਇਹੀ ਕੁਛ ਸਰਦਾਰ ਜਗਿੰਦਰ ਸਿੰਘ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਵੀ ਤੁਹਾਨੂੰ ਮਤਲਬ ਜਿਹੜਾ ਦੇ ਬਾਰੇ ਚ ਦੱਸ ਦਿੰਦੇ। ਹਾਂਜੀ, ਮੁੱਖ ਮੰਤਰੀ ਸਾਹਿਬ ਨਾਲ ਸਾਡੀ ਖੇਤੀਬਾੜੀ ਮੰਤਰੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਧਾਲੀਵਾਲ ਸਾਹਿਬ ਨਾਲ। ਇਹਨਾਂ ਨੇ ਜਿਵੇਂ ਦੱਸਿਆ ਵੀ ਜਿੰਨੀਆਂ ਮੰਗਾਂ ਸੀ ਸਾਡੀਆਂ, ਕੱਲੀ ਕੱਲੀ ਮੰਗ ਤੇ ਪਹਿਲਾਂ ਡਿਸਕਸ਼ਨ ਹੋ ਕੇ CM ਸਾਹਿਬ ਦੀ ਜਿਹੜੀ 7 ਤਰੀਕ ਦੀ ਮੀਟਿੰਗ ਆ ਉਹਨਾਂ ਨੇ ਸਹਿਮਤੀ ਦੇ ਦਿੱਤੀ ਸੀ। ਬਸ ਸਿਰਫ ਇਹਦੇ ਵਿੱਚ ਇੰਨੇ ਸੀ ਕਿ ਇਹ ਲਿਖਤੀ ਨਹੀਂ ਸੀ ਸਾਡੇ ਕੋਲ ਆਇਆ, ਉਹ ਲਿਖਤੀ ਸੀ ਸਰਕਾਰ ਨੇ ਸਾਨੂੰ ਦੇ ਦਿੱਤਾ। ਕੱਲੀ ਕੱਲੀ ਮੰਗ ਦੇ ਉੱਤੇ ਕਿਹੜੀ ਗੱਲ ਕਿਹੜੇ ਕਦੋਂ ਤੱਕ ਸੈਟਲ ਹੋ ਜੂਗੀ ਉਹ ਤੇ ਸਾਡੀ ਸਹਿਮਤੀ ਬਣ ਗਈ ਤੇ ਕੱਲ ਨੂੰ 29 ਤਰੀਕ ਨੂੰ ਜਿਹੜਾ CM ਸਾਹਿਬ ਦੀ ਕੋਠੀ ਮੇਰੇ ਧਰਨਾ ਲੱਗਿਆ ਹੋਇਆ ਉਹਨੂੰ ਅਸੀਂ ਕੱਲ ਨੂੰ ਚੱਕ ਲਿਆ। ਅੱਜ ਸਾਡੀ ਪਟਿਆਲਾ ਦੇ ਸਰਕਟੋਸ਼ ਸਾਡੇ ਮਾਨਯੋਗ ਕਿਸਾਨ ਲੀਡਰਾਂ ਦੇ ਨਾਲ ਸਰਦਾਰ ਜਗਿੰਦਰ ਸਿੰਘ ਅਗਰਾਵਾਂ ਗਰੁੱਪ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਉਹਦੇ ਨਾਲ ਬੜੀ ਡਿਟੇਲ ਦੇ ਵਿੱਚ ਸਾਡੀ ਮੀਟਿੰਗ ਹੋਈ ਹੈ। ਮੇਰੇ ਨਾਲ ਸਾਡੇ DC ਸਾਹਿਬ, SSP ਸਾਹਿਬ, IC ਸਾਹਿਬ ਸਾਰੇ ਮੀਟਿੰਗ ਦੇ ਵਿੱਚ ਸ਼ਾਮਿਲ ਸੀਗੇ। ਉਹਨਾਂ ਦੇ ਨਾਲ 5 ਮੈਂਬਰੀ ਉਹਨਾਂ ਦੀ ਜਥੇਬੰਦੀ ਦੇ ਸੀਨੀਅਰ ਆਗੂ ਜਿਹੜੇ ਉਹ ਸ਼ਾਮਿਲ ਸੀਗੇ। ਸਾਡੀ ਸਾਰੀਆਂ ਗੱਲਾਂ ਦੇ ਉੱਤੇ, ਜਿੰਨੀਆਂ ਕਿਸਾਨਾਂ ਦੀਆਂ ਮੰਗਾਂ ਸੀਗੀਆਂ ਸਭ ਦੇ ਉੱਤੇ ਸਹਿਮਤੀ ਬਣ ਗਈ ਤੇ ਕੱਲ ਮਤਲਬ ਜਿਹੜਾ 29 ਤਰੀਕ ਨੂੰ ਧਰਨਾ ਜਿਹੜਾ ਖਤਮ ਹੋ ਜੂਗਾ, ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਘਰ ਦੇ ਬਾਹਰ ਲੱਗਾ। ਬਾਕੀ ਅਸੀਂ ਡਿਟੇਲ ਤੁਹਾਨੂੰ ਕੱਲ ਦੱਸਾਂਗੇ। ਇਹੀ ਕੁਛ ਸਰਦਾਰ ਜਗਿੰਦਰ ਸਿੰਘ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਵੀ ਤੁਹਾਨੂੰ ਮਤਲਬ ਜਿਹੜਾ ਦੇ ਬਾਰੇ ਚ ਦੱਸ ਦਿੰਦੇ। ਹਾਂਜੀ, ਮੁੱਖ ਮੰਤਰੀ ਸਾਹਿਬ ਨਾਲ ਸਾਡੀ ਖੇਤੀਬਾੜੀ ਮੰਤਰੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਧਾਲੀਵਾਲ ਸਾਹਿਬ ਨਾਲ। ਇਹਨਾਂ ਨੇ ਜਿਵੇਂ ਦੱਸਿਆ ਵੀ ਜਿੰਨੀਆਂ ਮੰਗਾਂ ਸੀ ਸਾਡੀਆਂ, ਕੱਲੀ ਕੱਲੀ ਮੰਗ ਤੇ ਪਹਿਲਾਂ ਡਿਸਕਸ਼ਨ ਹੋ ਕੇ CM ਸਾਹਿਬ ਦੀ ਜਿਹੜੀ 7 ਤਰੀਕ ਦੀ ਮੀਟਿੰਗ ਆ ਉਹਨਾਂ ਨੇ ਸਹਿਮਤੀ ਦੇ ਦਿੱਤੀ ਸੀ। ਬਸ ਸਿਰਫ ਇਹਦੇ ਵਿੱਚ ਇੰਨੇ ਸੀ ਕਿ ਇਹ ਲਿਖਤੀ ਨਹੀਂ ਸੀ ਸਾਡੇ ਕੋਲ ਆਇਆ, ਉਹ ਲਿਖਤੀ ਸੀ ਸਰਕਾਰ ਨੇ ਸਾਨੂੰ ਦੇ ਦਿੱਤਾ। ਕੱਲੀ ਕੱਲੀ ਮੰਗ ਦੇ ਉੱਤੇ ਕਿਹੜੀ ਗੱਲ ਕਿਹੜੇ ਕਦੋਂ ਤੱਕ ਸੈਟਲ ਹੋ ਜੂਗੀ ਉਹ ਤੇ ਸਾਡੀ ਸਹਿਮਤੀ ਬਣ ਗਈ ਤੇ ਕੱਲ ਨੂੰ 29 ਤਰੀਕ ਨੂੰ ਜਿਹੜਾ CM ਸਾਹਿਬ ਦੀ ਕੋਠੀ ਮੇਰੇ ਧਰਨਾ ਲੱਗਿਆ ਹੋਇਆ ਉਹਨੂੰ ਅਸੀਂ ਕੱਲ ਨੂੰ ਚੱਕ ਲਿਆ।